ਦੋਸਤੋ ਪੰਜਾਬੀ 'ਚ ਮੋਬਾਈਲ ਰਿਪੇਅਰਿੰਗ ਸਿੱਖਣ ਲਈ ਸਬਸਕ੍ਰਾਈਬ ਬਟਨ 'ਤੇ ਕਲਿੱਕ ਕਰੋ, ਨਾਲ ਹੀ ਘੰਟੀ 'ਤੇ ਨਿਸ਼ਾਨ 'ਤੇ ਕਲਿੱਕ ਕਰੋ ਤਾਂ ਕਿ ਨਈਂ ਆਉਣ ਵਾਲੀ ਵੀਡੀਓ ਤੁਹਾਨੂੰ ਮਿਲ ਸਕੇ। ਅੱਛਾ ਜੀ ਦੋਸਤੋ, ਇਹ ਸਾਡੇ ਕੋਲ ਹਵਾਵੇ ਮੇਟ 10 ਲਾਈਟ ਦਾ ਇੱਕ ਬੋਕਸ ਹੈਗਾ, ਜਿਹੜਾ ਕਿ ਸਲਿਮ ਬੋਰਡ ਬਹੁਤ ਹੀ ਖੂਬਸੂਰਤ ਜਿਹਾ ਬਣਿਆ ਹੈ। ਇਹਦੇ 'ਤੇ ਇੰਸਟਰਕਸ਼ਨ ਲਿਖੀ ਆ, ਹਵਾਵੇ ਮੇਟ 10 ਲਾਈਟ, ਮਾਡਲ ਨੰਬਰ, ਕਲਰ, ਰੂਮ, ਡਿਊਲ ਸਿਮ, ਰੈਮ 4 GB ਰੈਮ, 64 GB ਰੂਮ, ਯਾਨੀ ਕਿ ਇਹਦੀ 64 GB ਇਹਦੀ ਸਟੋਰੇਜ ਮੈਮਰੀ ਆ। ਅੱਛਾ ਜੀ, ਇਹਨੂੰ ਅਸੀਂ ਖੋਲ੍ਹਦੇ ਹਾਂ, ਓਪਨ ਕਰਦੇ ਹਾਂ। ਇਹਦੇ ਵਿੱਚ ਸਾਡੇ ਕੋਲ ਕੀ ਮਿਲ ਜਾਂਦਾ, ਇਹਦੇ ਵਿੱਚ ਸਾਡੇ ਕੋਲ ਮਿਲ ਜਾਂਦਾ ਹੈ ਮੋਬਾਈਲ, ਉਹ ਦੋ ਬੋਕਸ ਮਿਲ ਜਾਂਦੇ ਆ। ਬੋਕਸਾਂ ਦੇ ਵਿੱਚ ਕੀ ਆ ਅਸੀਂ ਉਹ ਦੇਖਦੇ ਹਾਂ। ਇਹ ਜੀ ਅਡਾਪਟਰ ਆ ਹਵਾਵੇ ਦਾ, ਦੋਮ ਪੇਅਰ ਦਾ, ਹੈਂਡ ਫਰੀ ਆ, ਜਿਹੜੀ ਕਿ ਨਵੇਂ ਮਾਡਲ ਦੀ ਜਿਹੜੀ ਲਾਂਚ ਕੀਤੀ ਆ ਹਵਾਵੇ ਨੇ, ਅੱਛੀ ਕਿਸਮ ਦੀ। ਔਰ ਆਹ ਹੈਗਾ ਵਾ ਜੀ ਸਾਡੇ ਕੋਲ ਕੇਬਲ, ਚਾਰਜਿੰਗ ਕੇਬਲ ਔਰ ਡਾਟਾ ਕੇਬਲ, ਜਿਹੜੀ ਕੰਪਿਊਟਰ ਨੂੰ ਅਟੈਚ ਕਰ ਸਕਦੇ। ਹੁਣ ਆ ਜਾਓ ਜੀ, ਛੋਟਾ ਬੋਕਸ ਆ, ਇਹਦੇ ਵਿੱਚ ਕੀ ਆ, ਇਹਦੇ ਵਿੱਚ ਕੀ ਆ ਅਸੀਂ ਦੇਖ ਲੈਂਦੇ। ਇਹਦੇ ਵਿੱਚ ਆ ਜੀ ਸਟਿੱਕਰ ਹੈ MI ਨੰਬਰ 'ਤੇ, ਉਸ ਤੋਂ ਬਾਅਦ ਬੋਕਸ ਆ ਜਿਹੜੀ ਕੰਪਨੀ ਦੀ ਆ, ਇੰਗਲਿਸ਼, ਅਰਬੀ ਔਰ ਹਿੰਦੀ 'ਚ ਟਾਈਪ ਹੋਈ ਆ। ਉਸ ਤੋਂ ਬਾਅਦ ਹਵਾਵੇ ਦਾ ਸਾਡੇ ਕੋਲ ਵਾਰੰਟੀ ਕਾਰਡ ਆ, ਵਾਰੰਟੀ ਕਾਰਡ ਦੇ ਅੰਦਰ ਜਿਹੜੀਆਂ ਸ਼ਰਤਾਂ ਜਿਹੜੀਆਂ ਉਹਨਾਂ ਦੀਆਂ ਉਹ ਲਿਖੀਆਂ ਹੋਈਆਂ ਆ। ਨਾਲ ਹੀ ਜਿਹੜੇ ਅਸੀਂ ਜਿਹੜੀ ਸਿਟੀ 'ਚ ਅਸੀਂ ਇਹਨੂੰ ਕਲੇਮ ਕਰ ਸਕਦੇ ਹਾਂ ਉਹ ਲਿਖੀ ਹੋਈ ਆ। ਉਸ ਤੋਂ ਬਾਅਦ ਸਾਡੇ ਕੋਲ ਪਾਊਚ ਆ ਜਿਹੜਾ ਪਲਾਸਕਟ ਦਾ, ਅੱਛੇ ਵਾਲਾ ਪਾਊਚ ਆ। ਅੱਛਾ ਜੀ, ਉਸ ਤੋਂ ਬਾਅਦ ਅਸੀਂ ਇਹਦੇ ਡਿਜ਼ਾਇਨ ਦੇ ਆ ਜਾਂਦੇ ਹਾਂ, ਡਿਜ਼ਾਇਨ ਇਹਦਾ ਹਵਾਵੇ ਦਾ ਤੁਸੀਂ ਦੇਖੋਗੇ ਤਾਂ ਉੱਪਰ ਫਰੰਟ 'ਤੇ ਡਬਲ ਕੈਮਰਾ ਲੱਗਾ ਹੋਇਆ, ਉਹਦੀ ਸਾਈਡ 'ਤੇ ਆ ਜਾਂਦੇ ਵਾਲੀਅਮ ਬਟਨ, ਪਾਵਰ ਬਟਨ, ਬੈਕ 'ਤੇ ਆ ਜਾਂਦੇ ਹਾਂ ਜੀ, ਬੈਕ 'ਤੇ ਹੈਗਾ ਜੀ ਹੈ ਫਿੰਗਰ ਪ੍ਰਿੰਟ, ਡਿਊਲ ਕੈਮਰਾ, ਫਲੈਸ਼ ਲਾਈਟ, ਦੂਸਰੀ ਸਾਈਡ 'ਤੇ ਸਿਮ ਇੰਜੈਕਟਰ ਟੂਲ, ਇਹਦੇ ਵਿੱਚ ਡਬਲ ਸਿਮ ਪੈ ਜਾਂਦੀ ਹੈ, ਇਹਦੇ ਵਿੱਚ ਹੀ ਮੈਮਰੀ ਕਾਰਡ ਪੈਂਦਾ, ਇਹਦੇ ਵਿੱਚ ਦੋਵੇਂ ਸਿਮਾਂ ਪੈ ਜਾਂਦੀਆਂ। ਉਸ ਤੋਂ ਬਾਅਦ ਨੀਚੇ ਆ ਜਾਂਦੇ, ਨੀਚੇ ਚਾਰਜਿੰਗ ਜੈਕ, ਹੈਂਡ ਫਰੀ ਜੈਕ, ਮਾਈਕ ਔਰ ਲਾਊਡ ਸਪੀਕਰ। ਅੱਛਾ ਜੀ, ਇਹਦੇ ਕੈਮਰਿਆਂ ਦੇ ਮੁਤਲਕ ਗੱਲ ਕਰਦੇ ਹਾਂ ਤਾਂ ਕੈਮਰੇ ਇਹਦੇ ਸੈਲਫੀ ਸੁਪਰ ਸਟਾਰ ਜਿਹੜਾ ਇਹ ਮਾਡਲ ਹੈਗਾ ਮੇਟ 10 ਲਾਈਟ, ਇਹਦੀ ਪ੍ਰਾਈਜ਼ ਹੈਗੀ 35,000 ਤਕਰੀਬਨ, ਟੋਟਲੀ 35,000 ਇਹਦੀ ਪ੍ਰਾਈਜ਼ ਹੈਗੀ ਆ। ਇਹਦਾ ਵੇਟ ਹੈਗਾ 164 ਗ੍ਰਾਮ, 7.0 ਇਹਦਾ ਹੈਗਾ ਵਾ ਸੋਫਟਵੇਅਰ, ਜਿਹਨੂੰ ਨੋਗਟ ਕਿਹਾ ਜਾਂਦਾ ਹੈ, ਨੋਗਟ ਸੋਫਟਵੇਅਰ ਹੈਗਾ ਵਾ ਇਹਦਾ। ਉਸ ਤੋਂ ਬਾਅਦ ਹੈਗਾ ਜੀ ਇਹਦਾ ਕਲਰ, ਇਹਦੇ ਵਿੱਚ ਆਉਂਦੇ ਆ 2-3 ਕਲਰ ਆ ਜਾਂਦੇ ਆ, ਬਲੈਕ ਕਲਰ ਆ ਜਾਂਦਾ ਵਾ, ਗੋਲਡ ਕਲਰ ਆ ਜਾਂਦਾ, ਬਲੂ ਆ ਜਾਂਦਾ। ਅਸੀਂ ਇਹਦੇ ਗ੍ਰਾਫਿਕਸ ਦੇਖਦੇ ਹਾਂ, ਗ੍ਰਾਫਿਕਸ ਇਹਦੇ ਬਹੁਤ ਹੀ ਖੂਬਸੂਰਤ ਗ੍ਰਾਫਿਕਸ ਆ। ਉਸ ਤੋਂ ਬਾਅਦ